ਤਿਉਹਾਰਾਂ ਦੇ ਮੌਸਮ ਦੇ ਚੱਲਦੇ ਪੁਲਿਸ ਵੱਲੋਂ ਹਰ ਵਾਹਨ ਦੀ ਚੈਕਿੰਗ। ਜਿਵੇਂ ਜਿਵੇਂ ਤਿਉਹਾਰਾਂ ਦਾ ਮੌਸਮ ਨੇੜੇ ਆ ਰਹੇ ਹਨ, ਉਵੇਂ ਉਵੇਂ ਪੰਜਾਬ ਪੁਲਿਸ ਵੱਲੋਂ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਥਾਣਾ ਸਦਰ ਨੇੜੇ DSP ਤਰਨਜੀਤ ਸਿੰਘ ਗਿੱਲ ਦੀ ਅਗਵਾਈ ਦੇ ਵਿੱਚ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਇਕੱਲੇ ਇਕੱਲੇ ਵਾਹਨ ਦੇ ਕਾਗਜ਼ ਅਤੇ ਡਿੱਗੀ ਖੋਲ੍ਹ ਕੇ ਚੈੱਕ ਕੀਤੇ ਗਏ ਤਾਂ ਕਿ ਕੋਈ ਵੀ ਗਲਤ ਸਮਾਨ ਜਾਂ ਗਲਤ ਕੋ ਨਸ਼ੀਲਾ ਪਦਾਰਥ ਇੱਧਰ ਅਤੇ ਉੱਧਰ ਨਾਲ ਜਾ ਸਕੇ। ਇਸ ਮੌਕੇ SHO ਸਾਡਾ ਸਦਰ ਵੀ ਮੌਕੇ 'ਤੇ ਮੌਜੂਦ ਸਨ। ਤਿਉਹਾਰਾਂ ਦੇ ਮੱਦੇਨਜ਼ਰ ਅੰਧੇਰੀਆਂ ਰਾਤਾਂ ਜਿਹੜੀਆਂ ਧੁੰਦਲੀਆਂ ਧੁੰਦਲਾ ਮੌਸਮ ਚੱਲ ਪਿਆ ਸਰਦੀ ਦਾ, ਇਹਦੀ ਆਮਦ ਦਾ ਕਰਕੇ, ਦਿਵਾਲੀ ਦਾ ਕਰਕੇ, ਸਾਰੇ ਤਿਉਹਾਰਾਂ ਦਾ ਕਰਕੇ ਮਾਣਯੋਗ SSP ਸਾਹਿਬ ਨੇ ਜੋ ਨਿਰਦੇਸ਼ ਦਿੱਤੇ ਨੇ ਉਹਨਾਂ ਦੇ ਤਹਿਤ DSP ਸਾਹਿਬ ਵੀ ਚੈੱਕ ਕਰ ਰਿਹਾ ਪੂਰਾ ਸਿਟੀ, ਔਰ ਆਪਾਂ ਵੀ ਨਾਕੇ ਸਪੈਸ਼ਲ ਲਗਾਏ ਹੋਏ ਘਨੌਲੀ ਹੋ ਰਹੀ ਆ। ਹਾਂ, ਡੇਲੀ ਚੱਲਦੀ ਜੀ, ਡੇਲੀ ਚੱਲਦੀ, ਅਚਾਨਕ ਟਾਈਮ ਬਦਲ ਬਦਲ ਕੇ ਪੁਆਇੰਟ ਸ਼ਿਫਟਿੰਗ ਵਾਈਜ਼ ਕਰੀਦੀ ਆ। ਬਸ ਲਾਈ ਜਾ ਰਹੇ ਹਾਂ ਆਪਾਂ, ਓਵਰਲੋਡ ਵੀ ਚੈੱਕ ਕਰ ਰਹੇ ਹਾਂ, ਐਕਸੀਡੈਂਟ ਕਾਫੀ ਹੋਏ ਪਿਛਲੇ ਸਮੇਂ 'ਚ, ਔਰ ਵੱਡੀਆਂ ਗੱਡੀਆਂ ਜਿਹੜੀਆਂ ਨੇ ਡਿੱਗੀਆਂ ਉਹ ਵੀ ਇੱਧਰ ਸਟੇਟ ਤੋਂ ਜਿਹੜੇ ਆ ਰਹੇ ਵਹੀਕਲ ਖਾਸ ਕਰਕੇ ਉਹਨਾਂ ਦੀ ਚੈਕਿੰਗ ਕੀਤੀ ਹੈ।